ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਹਦੇ ਵਿੱਚ ਤੁਸੀਂ ਜਗਮੀਤ ਬਰਾੜ ਜੀ ਦੇ ਕਾਫੀ ਤੰਜ ਕੱਸਦੇ ਨਜ਼ਰ ਆ ਰਹੇ, ਕੀ ਮਾਮਲਾ ਕੀ ਹੈ ਪੂਰਾ ਉਹ? ਸਰ ਮਾਮਲਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਮਾਮਲਾ ਇਹ ਸੀਗਾ ਕਿ ਸਰਦਾਰ ਜਗਮੀਤ ਸਿੰਘ ਬਰਾੜ ਜੀ ਨੇ ਇੱਕ ਆਪਣਾ ਮੀਡੀਆ ਦੇ ਵਿੱਚ ਜਾ ਕੇ ਉਹਨਾਂ ਨੇ ਬਿਆਨ ਦਿੱਤਾ ਵੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਟਾਉਣਾ ਚਾਹੀਦਾ ਔਰ ਢਾਂਚਾ ਭੰਗ ਕਰਨਾ ਚਾਹੀਦਾ, ਜੋ ਝੂੰਦਾ ਸਾਹਿਬ ਦੀ ਕਮੇਟੀ ਦੇ ਰਿਪੋਰਟ ਦੇ ਆਧਾਰ ਤੇ। ਔਰ ਝੂੰਦਾ ਸਾਹਿਬ ਦੀ ਕਮੇਟੀ ਨੂੰ ਕੋਰ ਕਮੇਟੀ ਦੇ ਵਿੱਚ ਜਿਹੜੀ ਵੀ ਮਾਨਤਾ ਮਿਲੀ ਸੀਗੀ ਉਹਦੇ ਅਕੋਰਡਿੰਗਲੀ ਸ਼੍ਰੋਮਣੀ ਅਕਾਲੀ ਦਲ ਨੇ ਸਾਰਾ ਢਾਂਚਾ ਭੰਗ ਕਰ ਦਿੱਤਾ ਔਰ ਜਿਹੜੀ ਵੀ ਬੰਦ ਕਮਰਾ ਮੀਟਿੰਗ ਸੀ ਉਹਨੂੰ ਸਰਦਾਰ ਜਗਮੀਤ ਸਿੰਘ ਬਰਾੜ ਨੇ ਪਬਲੀਕਲੀ ਮੀਡੀਆ ਦੇ ਵਿੱਚ ਜਾ ਕੇ ਇੱਕ ਬਿਆਨ ਦਿੱਤਾ ਵੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਟਾਉਣਾ ਚਾਹੀਦਾ। ਉਹਦੇ ਸੰਬੰਧ ਦੇ ਵਿੱਚ ਅਕਾਲੀ ਵਰਕਰਾਂ ਦੇ ਵਿੱਚ ਕਾਫੀ ਨਿਰਾਸ਼ਾ ਆਈ, ਉਹਦੇ ਵਿੱਚ ਮੈਂ ਵੀ ਇੱਕ ਮੇਰੇ ਮਨ ਦੇ ਵਿੱਚ ਵੀ ਇਹ ਬੜੀ ਸੱਟ ਵੱਜੀ ਵੀ ਇਹ ਕੱਲ ਪਾਰਟੀ ਦੇ ਵਿੱਚ ਆਣ ਕੇ ਅੱਜ ਪਾਰਟੀ ਨੂੰ ਚਲਾਉਣ ਦੀਆਂ ਸਲਾਹਾਂ ਦੇ ਰਿਹਾ, ਇਹ ਕੇਸ ਦੀ ਸ਼ਹਿ ਤੇ ਕੰਮ ਕਰ ਰਿਹਾ, ਇਸ ਕਰਕੇ ਉਹਨਾਂ ਨੂੰ ਥੋੜਾ ਜਿਹਾ ਬਣਦਾ ਜੋ ਜਵਾਬ ਸੀ ਉਹ ਦਿੱਤਾ ਜੀ। ਕਿਸ ਤਰ੍ਹਾਂ ਦੇਖਦੇ ਹੋ ਕਿ ਜੇ ਪਾਰਟੀ ਦੇ ਵਿੱਚ ਕਾਫੀ ਪਹਿਲਾਂ ਕਾਂਗਰਸ ਦੇ ਵਿੱਚ ਵੀ ਰਹੇ ਤੇ ਹੁਣ ਪਾਰਟੀ ਦੇ ਵਿੱਚ ਵੀ ਰਹੇ ਤੇ ਹੁਣ ਆਉਂਦਿਆਂ ਸਾਰ ਜਿਹੜਾ ਕਿ ਇੱਕ ਥੋੜਾ ਸਮਾਂ ਦੇ ਹਜੇ ਲੰਘਿਆ ਸੀਗਾ ਪਾਰਟੀ ਦੇ ਵਿੱਚ ਤੇ ਇੱਕ ਪਾਰਟੀ ਪ੍ਰਧਾਨ ਦੇ ਵਰਖਲਾਫ ਹੀ ਜਿਹੜੇ ਆ ਉਹ ਬਿਆਨ ਦੇਣੇ ਸ਼ੁਰੂ ਕਰਤੇ, ਕਿਸ ਤਰ੍ਹਾਂ ਦੇ? ਸਰ ਉਹੀ ਅਸੀਂ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਹੈ ਵੀ ਇਹੋ ਜਿਹੇ ਸ਼ਰਾਰਤੀ ਅਨਸਰਾਂ ਨੂੰ ਪਾਰਟੀ ਚੋਂ ਬਾਹਰ ਕੱਢਣਾ ਚਾਹੀਦਾ, ਬਣਦੀ ਕਾਰਵਾਈ ਕਰਨੀ ਚਾਹੀਦੀ ਔਰ ਟਕਸਾਲੀ ਜਿਹੜੇ ਪਰਿਵਾਰ ਦਰ ਪਰਿਵਾਰ ਚੱਲਦਾ ਆਉਂਦਾ ਉਹਨਾਂ ਨੂੰ ਅੱਗੇ ਮੌਕਾ ਦੇਣਾ ਚਾਹੀਦਾ। ਔਰ ਬਿਲਕੁਲ ਕਲੀਅਰਲੀ ਹੈ ਜੀ, ਯੂਥ ਅਕਾਲੀ ਦਲ ਦੇ ਵੱਲੋਂ ਮੈਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਸੀਗਾ, ਮੈਂ ਤਾਂ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਡਟ ਕੇ ਖੜਾ ਜੀ, ਇਸ ਕਰਕੇ ਆਪਾਂ ਜਗਮੀਤ ਬਰਾੜ ਦੀ ਜਿਹੜੀ ਉਹਨਾਂ ਨੇ ਟਿੱਪਣੀ ਕੀਤੀ ਮੈਂ ਸਖਤ ਸ਼ਬਦਾਂ ਵਿੱਚ ਉਹਦੀ ਨਿਖੇਧੀ ਕਰਦਾ। ਬਰਾੜ ਜੀ ਨੇ ਇੱਕ ਪਰਿਵਾਰਿਕ ਵਿਵਾਦ ਦੀ ਗੱਲ ਕੀਤੀ ਕਿ ਪਰਿਵਾਰਵਾਦ ਦੀ ਗੱਲ ਕੀਤੀ, ਹਾਲਾਂਕਿ ਦੇਖਿਆ ਜਾਵੇ ਉਹਨਾਂ ਦੇ ਵੀ ਕਲੀਗ ਜਿਹੜੇ ਹੈਗੇ ਆ ਉਹ ਇੱਕ ਉੱਚ ਅਹੁਦੇ ਤੇ ਹੈਗੇ, ਕਿਸ ਤਰ੍ਹਾਂ ਦੇਖਦੇ ਤੁਸੀਂ ਇਸ ਚੀਜ਼ ਨੂੰ? ਨਹੀਂ, ਪਰਿਵਾਰਵਾਦ ਦੇ ਵਿੱਚ ਜੀ ਉਹ ਕਹਿੰਦੇ ਪਰ ਇੱਕ ਪਰਿਵਾਰ ਦੇ ਵਿੱਚ ਚਲੋ ਅਸੀਂ ਉਸ ਗੱਲ ਨਾਲ ਸਹਿਮਤ ਹਾਂ ਪਰ ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ ਜੀ, ਉਹਨਾਂ ਦਾ ਆਪਣਾ ਖੁਦ ਦਾ ਬੇਟਾ ਸੀਨੀਅਰ ਵੀਪੀ ਹੈ ਜੀ ਉਹਦੇ ਵਿੱਚ ਯੂਥ ਅਕਾਲੀ ਦਲ ਦੇ ਵਿੱਚ, ਪਹਿਲਾਂ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਪਰਮਬੰਤ ਸਿੰਘ ਬੰਟੀ ਰਮਾਣਾ ਜੀ ਨੂੰ, ਜਗਮੀਤ ਬਰਾੜ ਜੀ ਕਹਿੰਦੇ ਵੀ ਮੇਰੇ ਪੁੱਤਰ ਨੂੰ ਤੁਸੀਂ ਨਾ ਬਣਾਓ, ਮੈਂ ਇਸ ਚੀਜ਼ ਦੇ ਖਿਲਾਫ ਹਾਂ, ਉਸ ਦਿਨ ਤਾਂ ਆਪਣਾ ਪੁੱਤਰ ਨੂੰ ਵੀ ਨਾਲ ਬਰਾਬਰ ਬਣਵਾ ਲਿਆ ਜੀ। ਕਾਰਨ ਕੀ ਸਮਝਦੇ ਹੋ ਇਹਨਾਂ ਦੇ ਇਸ ਚੀਜ਼ ਦਾ? ਬਰਾੜ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਉਹਦਾ ਕਾਰਨ ਕੀ ਸਮਝਦੇ ਤੁਸੀਂ? ਕਾਰਨ ਸਰ ਇਹੀ ਆ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਿਸ ਤਰ੍ਹਾਂ ਕਰਨਾ, ਮਿਸਗਾਈਡਡ ਮਿਸਾਲ ਸੀਗੀ ਉਹ ਫਟਣੀ ਸੀ ਉਹ ਫਟ ਗਈ ਆ ਜੀ ਪਾਰਟੀ ਪ੍ਰਧਾਨ ਕਿਤੇ ਇਹ ਤਾਂ ਨਹੀਂ ਕਿ ਬਾਹਰੀ ਜਿਹੜੇ ਪਾਰਟੀਆਂ ਦੂਜੀਆਂ ਪਾਰਟੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮਿਸਗਾਈਡਡ ਮਿਸਾਲ ਸੀਗੀ ਉਹ ਫਟਣੀ ਸੀ ਉਹ ਫਟ ਗਈ ਆ ਜੀ ਪਾਰਟੀ ਪ੍ਰਧਾਨ ਕਿਤੇ ਇਹ ਤਾਂ ਨਹੀਂ ਕਿ ਬਾਹਰੀ ਜਿਹੜੇ ਪਾਰਟੀਆਂ ਦੂਜੀਆਂ ਪਾਰਟੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੀ ਹੁਣ ਇੱਕ ਵੋਟਾਂ ਦੇ ਵਿੱਚ ਵੀ ਦੇਖਿਆ ਜਾਵੇ ਕਿ ਕਾਫੀ ਜਿਹੜਾ ਉਹ ਵਿਰੋਧ ਦਾ ਸਾਹਮਣਾ ਕਰਨਾ ਵੀ ਉਸੇ ਚੀਜ਼ ਨੂੰ ਜਾਂ ਲੈ ਕੇ ਜਾਂ ਪਾਰਟੀ ਹੋਰ ਕਿਸੇ ਪਾਰਟੀ ਦੇ ਤਰੀਕੇ ਦੇ ਨਾਲ ਉਹ ਚੀਜ਼ ਬਿਆਨ ਦਿੱਤਾ ਜਾਵੇ? ਸਰ ਮਾੜੇ ਸਮੇਂ ਦੇ ਵਿੱਚ ਪਾਰਟੀ ਨਾਲ ਖੜਨਾ ਮੈਂ ਸਮਝਦਾ ਵੀ ਉਹੀ ਬੰਦਾ ਵਫਾਦਾਰੀ ਦੇ ਤੌਰ ਤੇ ਚੱਲ ਸਕਦਾ, ਜੇ ਬਰਾੜ ਸਾਹਿਬ ਵਰਗਿਆਂ ਨੂੰ ਪਤਾ ਨਹੀਂ ਕਿਹਦੇ ਇਸ਼ਾਰੇ ਤੇ ਚੱਲ ਰਹੇ ਆ, ਅੱਜ ਦੀ ਤਰੀਕ ਦੇ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਆ, ਪਾਰਟੀ ਦੇ ਨਾਲ ਖੜਨ ਦੀ ਜ਼ਰੂਰਤ ਆ, ਅਸੀਂ ਕੋਈ ਸਰਕਾਰਾਂ ਹਟਾਉਣ ਦਾ ਕਰਕੇ ਜਾਂ ਸਰਕਾਰ ਬਣਨ ਦਾ ਕਰਕੇ ਪਾਰਟੀ ਨਾਲ ਨਹੀਂ ਜੁੜੇ। ਔਰ ਬਰਾੜ ਸਾਹਿਬ ਨੂੰ ਵੀ ਇਹ ਸਮਝਣਾ ਚਾਹੀਦਾ ਸੀਗਾ, ਤੁਸੀਂ ਸਮਝ ਗਏ ਹੋਵੋਗੇ ਵੀ ਬਰਾੜ ਸਾਹਿਬ ਚਾਹੁੰਦੇ ਆ ਵੀ ਮੈਂ ਜਿਹੜੀ ਪਾਰਟੀ 'ਚ ਜਾਵਾਂ ਉਹਦੀ ਸਰਕਾਰ ਹੋਵੇ ਔਰ ਸੱਤਾ ਦਾ ਆਨੰਦ ਲਵਾਂ, ਇਸੇ ਲਾਲਚ ਦੇ ਹਿਸਾਬ ਨਾਲ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਏ ਸੀਗੇ। ਜਦੋਂ ਸੱਤਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨਹੀਂ ਆਉਂਦਾ ਔਰ ਉਹਨਾਂ ਨੇ ਇਹੋ ਜਿਹੇ ਫਾਲਤੂ ਬਿਆਨ ਦੇ ਕੇ ਔਰ ਸ਼੍ਰੋਮਣੀ ਅਕਾਲੀ ਦਲ ਪਰਿਵਾਰ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਆ, ਵੀ ਇਹ ਮੈਂ ਤੁਹਾਨੂੰ ਦੁਬਾਰਾ ਫਿਰ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਾਹੀਂ, ਜੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਜੀ ਇਹ ਵੀਡੀਓ ਦੇਖ ਲੈਣ ਮੇਰੀ, ਵੀ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਔਰ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਵਰਕਰਾਂ ਨੂੰ ਮੌਕਾ ਦੇਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।